ਬਚਨ ਕੀਤੇ ਹਨ ਕਿ ਗੁਰੂ ਕਾ ਸਿੱਖ ਪਰਮਾਤਮਾ ਦੇ ਰਾਹ ਤੇ ਚੱਲਣ ਵਾਲਾ ਕੋਈ ਵੀ ਚੁਰਿਆਸੀ ਹੋ ਜਦੋਂ ਸ਼ੁਕਰ ਵਿੱਚ ਜੁੜਦਾ ਹੈ ਤੇ ਉਹ ਬੰਦਗੀ ਹੋ ਜਾਂਦੀ ਹੈ, ਸਿਮਰਨ ਹੋ ਜਾਂਦਾ ਹੈ। ਔਰ ਜਿੰਨਾ ਗ੍ਰੈਟੀਟਿਊਡ ਦੇ ਵਿੱਚ, ਸ਼ੁਕਰਾਨੇ ਦੇ ਵਿੱਚ ਜੁੜਿਆ ਜਾਂਦਾ ਹੈ, ਉਹਨਾਂ ਕਹਿੰਦੇ ਹਨ ਕਿ ਅਰਦਾਸ ਵਿੱਚ ਵੀ ਨਹੀਂ ਜੁੜਿਆ ਜਾਂਦਾ। ਕਿਸੇ ਕਈ ਵਾਰੀ ਅਰਦਾਸਾਂ ਸਾਡੀਆਂ ਮੰਗਾਂ ਹੁੰਦੀਆਂ ਨੇ, ਸਾਡੀਆਂ ਡਿਮਾਂਡਸ ਹੁੰਦੀਆਂ ਨੇ, ਅਤੇ ਉਹ ਜਿਹੜਾ ਡਿਮਾਂਡਸ ਹੈਗੀਆਂ ਨੇ, ਉਹ ਜਿਹੜੀ ਪ੍ਰਾਰਥਨਾ, ਉਹ ਜਿਹੜੀ ਬੰਦਗੀ ਹੈ, ਉਸਦੀ ਜਗ੍ਹਾ ਲੈ ਲੈਂਦੀਆਂ ਨੇ ਸਾਡਾ ਧਿਆਨ। ਫਿਰ ਵੀ ਸਾਨੂੰ ਉਹਨਾਂ ਨੇ ਸ਼ੁਕਰ ਕਰਨੇ ਸਿਖਾਏ। ਸੋ ਇਹਨਾਂ ਦਾ ਬਹੁਤਾ ਸੱਚ ਨਾ ਮੰਨਣਾ, ਅਜੇ ਮੈਂ ਸੰਤ ਨਹੀਂ ਹਾਂ, ਇਸ ਕਰਕੇ ਮੈਂ ਉਤਾਰ ਲਿਆ ਸੰਤ ਲੱਭ। ਸ਼੍ਰੀ ਗੁਰੂ ਰਾਮਦਾਸ ਪਿਤਾ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਥੋੜ੍ਹੀ ਮਹਿੰਗੀ ਹੈ, ਭਾਵ ਕਿ ਜਿਸ ਅਵਸਥਾ, ਜਿਸ ਡਾਇਰੈਕਸ਼ਨ ਨੂੰ ਇਹ ਡਾਇਰੈਕਟ ਕਰਦੀ ਹੈ ਇਹ ਬਾਣੀ, ਉਹ ਥੋੜ੍ਹੀ ਸਾਡੀ ਪਹੁੰਚ ਤੋਂ ਬਹੁਤ ਅੱਗੇ ਦੀਆਂ ਗੱਲਾਂ ਕਰਦੇ ਹਨ ਗੁਰੂ ਰਾਮਦਾਸ। ਅਤੇ ਵੀਰਾਂ ਵੱਲੋਂ ਇੱਛਾ ਜ਼ਾਹਰ ਕੀਤੀ ਹੈ ਕਿ ਰਾਗ ਵਿੱਚ ਸ਼ਬਦ ਪੜ੍ਹੀਏ। ਮੰਗ ਹੈ ਨਿਰੰਕਾਰ ਇਸ ਐਗਜ਼ਿਸਟੈਂਸ ਪਾਸੋਂ, ਸਤਿਗੁਰੂ ਪਾਸੋਂ, ਨਿਰੰਕਾਰ ਪਾਸੋਂ, ਕਿ ਆਪਣੇ ਬਖਸ਼ਿਆ ਹੋਇਆਂ ਦਾ ਸੰਗ ਬਖਸ਼ੋ। ਐਸੇ ਸਾਧੂ, ਐਸੇ ਮਹਾਂਪੁਰਖ ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪ ਨਸ਼ਟ ਹੋ ਜਾਂਦੇ ਹਨ, ਮੰਦ ਕਰਮ ਨਸ਼ਟ ਹੋ ਜਾਂਦੇ ਨੇ, ਅਤੇ ਪਵਿੱਤਰ ਪਦਵੀ ਪ੍ਰਾਪਤ ਹੋ ਜਾਂਦੀ ਹੈ। ਉਹ ਜੋ ਰਾਮ ਨਾਮ ਰਤਨ ਦੀ ਕੋਠੜੀ, ਰਤਨਾਂ ਦੀ ਜਿਹੜੀ ਗੁੱਠੀ ਹੈ, ਗੁੱਥੀ ਹੈ,
ਉਹ ਇਸ ਹਿਰਦੇ ਘਰ ਦੇ ਵਿੱਚ ਕੋਠੜੀ ਦੇ ਵਿੱਚ ਰੱਖੀ ਲੁਕਾ ਕੇ ਰੱਖੀ ਹੋਈ ਹੈ ਨਿਰੰਕਾਰ ਨੇ, ਐਗਜ਼ਿਸਟੈਂਸ ਨੇ। ਪਰ ਗੁਰੂ ਉਸਨੂੰ ਖੋਜਣ ਦਾ ਮਾਰਗ ਦੱਸਦਾ ਹੈ, ਉਹ ਰਸਤਾ ਦੱਸਦਾ ਕਿ ਇਹ ਰਸਤਾ ਹੈ ਅਤੇ ਅੰਦਰ ਜਾ ਕੇ ਦਰੇ ਉਸ ਕੋਠੜੀ ਦੇ ਵਿੱਚ ਰਾਮ ਨਾਮ ਦੇ ਰਤਨਾਂ ਦੀ ਗੁੱਥੀ ਅਤੇ ਖਜ਼ਾਨਾ ਤੇਰੇ ਅੰਦਰ ਪਿਆ ਹੈ, ਖੋਜ ਉਸਨੂੰ ਜਾ ਕੇ ਲੱਭ। ਪਰ ਹੈ ਰਸਤਾ ਸਭ ਅੰਦਰ ਦਾ, ਬਾਹਰ ਕੁਛ ਨਹੀਂ ਹੈ। ਪਰ ਉਸ ਉਹਨਾਂ ਦੇ ਰਤਨਾਂ ਨੂੰ, ਉਸ ਖਜ਼ਾਨੇ ਨੂੰ ਪੰਜ ਚੋਰ ਲੁੱਟ ਰਹੇ ਹਨ, ਦਿਨ ਰਾਤ ਕਰਕੇ ਲੁੱਟ ਰਹੇ ਹਨ। ਜਦੋਂ ਗੁਰੂ ਨੇ ਮਤ ਦਿੱਤੀ, ਗਿਆਨ ਬਖਸ਼ਿਆ, ਤਾਂ ਉਹ ਚੋਰ ਪਕੜੇ ਗਏ, ਜਿਹੜੇ ਚੋਰ ਹਰ ਰੋਜ਼ ਦਿਨ ਰਾਤ ਕਰਕੇ ਲੁੱਟਦੇ ਸਨ ਉਸ ਖਜ਼ਾਨੇ ਨੂੰ। ਅਤੇ ਜਦੋਂ ਅਵੇਅਰ ਕੀਤਾ, ਜਗਾਇਆ ਗੁਰੂ ਨੇ, ਫਿਰ ਜਦੋਂ ਅੰਦਰ ਜਾ ਕੇ, ਕਿਉਂਕਿ ਜਦੋਂ ਮਾਲਕ ਜਾਗਦਾ ਹੋਵੇ ਤਾਂ ਚੋਰ ਚੋਰੀ ਨਹੀਂ ਕਰ ਪਾਉਂਦਾ। ਇਸ ਕਰਕੇ ਸਤਿਗੁਰੂ ਨੇ ਆਖਿਆ ਹੈ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਜਾਗੋ ਜਾਗੋ ਸੁੱਤੇ ਹੋ, ਸਾਰੇ ਸਤਿਗੁਰੂ ਜਗਾਉਂਦੇ ਹਨ। ਉਹ ਅਸਲੀ ਧਨ ਉਹ ਸਾਡਾ ਲੁੱਟਿਆ ਜਾ ਰਿਹਾ ਹੈ ਅਤੇ ਨਕਲੀ ਧਨ ਅਸੀਂ ਇਕੱਠਾ ਕਰੀ ਜਾਂਦੇ ਹਾਂ। ਭਾਵ ਕਿ ਕੌਡੀ ਬਦਲੇ ਤਿਆਗਿਆ ਰਤਨ, ਛੋੜ ਜਾਏ ਤਾਹੋਂ ਕਰ ਜਤਨ। ਅਸੀਂ ਉਸਨੂੰ ਨਹੀਂ ਸੰਭਾਲਦੇ ਜਿਹੜਾ ਅਤੀ ਕੀਮਤ ਹੈ, ਕੀਮਤੀ ਜਿਹੜਾ ਅੰਦਰ ਸਾਡੇ ਧਨ ਅੰਦਰ ਰੱਖਿਆ, ਉਸਨੂੰ ਗਵਾਉਂਦੇ ਹਾਂ। ਉਸਨੂੰ ਤਾਂ ਚੋਰ ਚੁਰਾਈ ਜਾਂਦੇ ਨੇ, ਜਿਹੜਾ ਦੁਨੀਆ ਦਾ ਧਨ ਹੈ ਉਹਦੇ ਪਿੱਛੇ, ਕਿਉਂਕਿ ਉਹ ਸਾਰੀ ਸਮਾਂ, ਸਾਰੀ ਊਰਜਾ, ਸਾਰੀ ਐਨਰਜੀ ਸਾਡੀ ਦੁਨੀਆ ਨੂੰ ਖੁਸ਼ ਕਰਨ ਵਾਸਤੇ, ਦੁਨੀਆ ਦਾ ਧਨ ਦੌਲਤ ਇਕੱਠਾ ਕਰਨ ਵਾਸਤੇ। ਇਸਦਾ ਮਤਲਬ ਇਹ ਨਹੀਂ ਲੈਣਾ ਕਿ ਧਨ ਬਿਨਾਂ ਸਾਡਾ ਸਰ ਜਾਏਗਾ, ਧਨ ਤੋਂ ਬਿਨਾਂ ਨਹੀਂ ਸਰਦਾ। ਪਰ ਧਨ ਕਮਾਉਂਦੇ ਹੋਏ ਹੀ ਇਹ ਸੀ, ਇਸ ਦੈਟਸ ਦਾ ਗੁਰੂ ਨਾਨਕ ਸਾਹਿਬ ਵਿਜ਼ਨ ਇਜ਼ ਆਲ ਅਬਾਊਟ, ਕਿ ਧਨ ਕੰਮ ਕਾਰ ਬਿਜ਼ਨਸ ਕਰਮ ਕਰਦੇ ਹੋਏ ਵੀ ਤੁਸੀਂ ਜਾਗਰਤ ਰਹਿ ਸਕਦੇ ਹੋ, ਆਪਣੇ ਅੰਦਰਲੇ ਧਨ ਨੂੰ ਲੁੱਟਣ ਤੋਂ ਬਚਾ ਸਕਦੇ ਹੋ। ਗੁਰਮਤ ਖੋਜ ਪਰੇ ਤਬ ਪਕੜੇ, ਧਨ ਸਾਬਤ ਰਾਸ ਉਭਰਿਆ। ਫਿਰ ਜਦੋਂ ਉਹ ਪਕੜੇ ਗਏ, ਉਹ ਚੋਰ, ਪੰਜ ਚੋਰ, ਉਹ ਫਿਰ ਉਹ ਬਚ ਗਿਆ ਧਨ। ਅਤੇ ਪਖੰਡ ਕਰ ਕਰਕੇ ਭਰਮਾਂ ਦੇ ਵਿੱਚ ਪੈ ਪੈ ਕੇ ਅਸੀਂ ਬਹੁਤ ਦੇਖ ਲਿਆ ਔਰ ਦੇਖਦੇ ਵੀ ਹਾਂ, ਅਤੇ ਅੰਦਰ ਤੇ ਮਾਇਆ ਮਾਇਆ ਹੈ। ਜਦੋਂ ਸਾਧੂ ਪੁਰਖ ਪੁਰਖ ਪਤ ਪਾਇਆ, ਅਗਿਆਨ ਅੰਧੇਰ ਗਵਾਇਆ, ਜਦੋਂ ਗੁਰੂ ਬਖਸ਼ੇ ਸਾਧੂਆਂ ਦੀ ਸੰਗਤ ਮਿਲ ਜਾਏ, ਗੁਰੂ ਕੇ ਸਿੱਖਾਂ ਦੀ ਸੰਗਤ ਮਿਲ ਜਾਏ, ਜੋ ਕਿ ਅੱਜ ਦੀ ਜਿਸ ਤਰ੍ਹਾਂ ਦੀ ਸਾਡੀ ਕੰਡੀਸ਼ਨ ਹੈ, ਹਾਲਾਤ ਨੇ, ਅਸੀਂ ਹੋਪਲੈਸ ਹੀ ਹੋ ਚੁੱਕੇ ਹਾਂ, ਕਿਉਂਕਿ ਦਿਸਦਾ ਕੁਛ ਨਹੀਂ। ਸਾਨੂੰ ਸਾਧੂ ਮਹਾਂਪੁਰਖ ਸਿਰਫ ਬੋਲਣ ਦੇ ਵਿੱਚ ਹੀ, ਗੱਲਾਂ ਕਰਨ ਦੇ ਵਿੱਚ ਹੀ ਲੱਗਦੇ ਹਨ, ਔਰ ਦਿਸਦੇ ਵੀ ਨਹੀਂ, ਹੋਪ ਵੀ ਨਹੀਂ ਦਿਸਦੀ ਕਿ ਕੋਈ ਸਾਧੂ ਮਹਾਂਪੁਰਖ ਹੋਵੇਗਾ, ਔਰ ਹੋਵੇ ਵੀ, ਕਿਉਂਕਿ ਇਤਨੇ ਧੋਖੇ ਖਾ ਚੁੱਕੇ ਹਾਂ, ਇਤਨੇ ਫਾਲਸਿਟੀ ਦੇ ਵਿੱਚ ਉਲਝ ਚੁੱਕੇ ਹਾਂ। ਅਗਰ ਕੋਈ ਹੁੰਦਾ ਵੀ ਹੈ ਤਾਂ ਸਾਨੂੰ ਸੱਚ ਨਹੀਂ ਆਉਂਦਾ ਕਿ ਹੋ ਵੀ ਸਕਦਾ। ਸਾਧੂ ਪੁਰਖ ਪੁਰਖ ਪਤ ਪਾਇਆ, ਅਗਿਆਨ ਅੰਧੇਰ ਗਵਾਇਆ।
ਜਗਨਨਾਥ ਜਗਦੀਸ਼ ਗੁਸਾਈ ਕਰ ਕਿਰਪਾ ਸਾਧ ਮਿਲਾਵੇ, ਨਾਨਕ ਸ਼ਾਂਤ ਹੋਵੇ ਮਨ ਅੰਤਰ, ਨਿਤ ਹਿਰਦੈ ਹਰ ਗੁਣ ਗਾਵੇ। ਐਸੇ ਸਾਧੂਆਂ ਦੀ ਸੰਗਤ ਮਿਲੇ, ਅਰਦਾਸ ਤੇ ਕਰੀਏ, ਹੋਪ ਤੇ ਕਰੀਏ, ਹੋਪ ਲੈਸਲੈਸਨੈਸ ਨਾ ਹੋਈਏ। ਇਸ ਸ਼ਬਦ ਵਿੱਚ ਸਤਿਗੁਰੂ ਜੀ ਸਾਨੂੰ ਸਾਡੀ ਹੋਪ ਜਗਾਉਂਦੇ ਨੇ, ਆਸ ਜਗਾਉਂਦੇ ਨੇ ਕਿ ਗੁਰਮੁਖਾਂ ਦੀ ਸੰਗਤ ਬਹੁਤ ਜ਼ਰੂਰੀ ਹੈ। ਪਿਆਰ ਨਾਲ ਸ਼ਰਵਣ ਕਰੋ। ਮੈਂ ਇਹ ਤਾਂ ਨਹੀਂ ਆਸ ਰੱਖਾਂਗਾ ਕਿ ਸਾਰੇ ਬੋਲ ਸਕੋਗੇ, ਕਿਉਂਕਿ ਇਹ ਰਾਗ ਬਸੰਤ ਅਤੇ ਹਿੰਡੋਲ ਮਿਸ਼ਰਤ ਰਾਗ ਹੈ। ਸ਼ਾਇਦ ਸਾਰੇ ਨਾ ਬੋਲ ਸਕੋ, ਪਰ ਇਸ ਦਾ ਆਨੰਦ ਮਾਣ ਸਕੀਏ। ਜੋ ਬੋਲ ਸਕਦੇ ਨੇ ਜ਼ਰੂਰ ਬੋਲੋ।
तरस बाप सब नासे देखत तरस बाप सब नासे पवित्र परम भद पाए माधव साधु धन दे मिलाए माधव दरस बाप सब नास देख दरस बाप सब नास पवित्र परम पद पाए मधु साधु जन दे चोर मिल लागे नगरिया पंच चोर मिल लागे नगरिया राम नाम तन मेरे पंच चोर Yeah.
ਮੇਰਾ ਦੇ।